ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਨਾਭਾ ਵਿਖੇ SDM ਦਫ਼ਤਰ ਦੇ ਬਾਹਰ ਸਰਕਾਰਾਂ ਦੇ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਸੈਂਕੜੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਪਰ ਬਦਕਿਸਮਤੀ ਹੈ ਕਿ ਲੋਕਾਂ ਦੇ ਮੁੱਦੇ ਅੱਜ ਵੀ ਗਾਇਬ ਨੇ ਤੇ ਕੋਈ ਵੀ ਰਾਜਨੀਤਿਕ ਪਾਰਟੀ ਇਹਨਾਂ ਮੁੱਦਿਆਂ ਤੇ ਗੱਲ ਕਰਨਾ ਨਹੀਂ ਚਾਹੁੰਦੀ। ਉਹਨਾਂ ਕਿਹਾ ਕਿ ਨਾ ਹੀ ਮੋਦੀ ਸਰਕਾਰ ਨੇ ਕਿਸਾਨਾਂ ਦਾ ਕੁਝ ਕੀਤਾ ਤੇ ਨਾ ਹੀ ਕੈਪਟਨ ਸਰਕਾਰ ਨੇ। ਉਹਦਾ ਪੁਲਵਾਮਾ ਵਿੱਚ ਹੋਏ ਹਮਲੇ ਤੇ ਇੱਕ ਦੂਜੇ ਨੂੰ ਦੋਸ਼ ਦ੍ਰੇਹੀ ਹੀ ਕਹਿੰਦੇ ਹਨ ਅਤੇ ਲੋਕਾਂ ਨਾਲ ਕੀਤੇ ਚੋਣ ਮੈਨੀਫੈਸਟੋ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇਕ ਸਿੰਘ ਨੇ ਕਿਹਾ ਕਿ ਸਰਕਾਰ ਸਰਕਾਰੀ ਖਰੀਦ ਤੋਂ ਭੱਜਣ ਦਾ ਮਨ ਬਣਾ ਰਹੀ ਹੈ। ਜੇਕਰ ਹੁਣ ਕਣਕ ਅਤੇ ਝੋਨੇ ਦੇ ਖਰੀਦ ਤੋਂ ਭੱਜਦੀ ਹੈ ਤਾਂ ਕਿਸਾਨ ਸਰਕਾਰਾਂ ਨੂੰ ਪੂਰਾ ਸਬਕ ਸਿਖਾਉਣਗੇ। ਦੇਖੋ ਜੀ, ਇਸ ਵੇਲੇ ਦੇਸ਼ ਦੀਆਂ ਚੋਣਾਂ ਦਾ ਐਲਾਨ ਹੋ ਗਿਆ, ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ, ਪਰ ਬਦਕਿਸਮਤੀ ਇਹ ਹੈ ਵੀ ਲੋਕਾਂ ਦੇ ਮੁੱਦੇ ਅੱਜ ਵੀ ਗਾਇਬ ਨੇ। ਕੋਈ ਪੋਲੀਟੀਕਲ ਪਾਰਟੀ ਲੋਕਾਂ ਦੇ ਮੁੱਦਿਆਂ 'ਤੇ ਗੱਲ ਕਰਨ ਲਈ ਤਿਆਰ ਨਹੀਂ। ਐਵੇਂ ਬਸ ਡਰਾਮਾ ਜਿਹਾ ਕੀਤਾ ਜਾ ਰਿਹਾ, ਚੋਣ ਮੈਨੀਫੈਸਟੋ ਨੇ ਜਿਹੜੇ ਉਹਦੀ ਵੀ ਕੋਈ ਲੀਗਲ ਕੋਈ ਉਹਦੀ ਅਥੈਂਟਿਸਿਟੀ ਕੋਈ ਹੈ ਨਹੀਂ। ਇਸ ਕਰਕੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ। ਜਿਹੜਾ ਧਰਤੀ ਦੇ ਉੱਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਕਰਜ਼ੇ ਦੇ ਜਾਲ 'ਚ ਫਸਿਆ, ਕਰਜ਼ੇ ਕੁਰਜ਼ੇ ਮਾਫ਼ ਕਿਸੇ ਦੇ ਨਹੀਂ ਹੋਏ, ਮਜ਼ਦੂਰ ਉਹਦੇ ਨਾਲ ਡੁੱਬਿਆ ਪਿਆ, ਉਹਦਾ ਝੱਟ ਲੰਘਾਉਣਾ ਔਖਾ ਹੋਇਆ ਪਿਆ। ਜਿਹੜੇ ਸਾਡੇ ਬੱਚੇ ਨੇ, ਨੌਜਵਾਨ ਪੀੜ੍ਹੀ ਹੈ, ਨਾ ਤਾਂ ਮੋਦੀ ਨੇ 2 ਕਰੋੜ ਸਾਲ ਦਾ ਰੁਜ਼ਗਾਰ ਦਿੱਤਾ, ਨਾ ਘਰ ਘਰ ਨੌਕਰੀ ਦਿੱਤੀ ਕੈਪਟਨ ਨੇ। ਅਤੇ ਅੱਜ ਲੋਕਾਂ ਨੂੰ ਇਹ ਸੋਚਣਾ ਪਏਗਾ ਵੀ ਜਿਹੜੇ ਸਾਡੇ ਮੁੱਦੇ ਨੇ ਇਹ ਪੁਲਵਾਮਾ ਦੇ ਹੇਠਾਂ ਕਿਉਂ ਦਬਾਏ ਗਏ ਨੇ। ਇੱਕ ਦੂਜੇ ਨੂੰ ਗਾਲਾਂ ਕੱਢ ਕੇ ਪੋਲੀਟੀਕਲ ਪਾਰਟੀਆਂ ਵੋਟਾਂ ਲੈਣੀਆਂ ਚਾਹੁੰਦੀਆਂ, ਇਹ ਕਹਿੰਦੇ ਨੇ ਵੀ ਉਹ ਦੇਸ਼ ਧਰੋਹੀ ਹੈ, ਆਪਣੇ ਵਿਰੋਧੀ ਨੂੰ ਦੇਸ਼ ਧਰੋਹੀ ਕਹਿ ਕੇ ਲੋਕਾਂ ਦੇ ਮੁੱਦੇ ਰੋਲ ਦੇਣਾ। ਇਹ ਲੋਕਾਂ ਨੂੰ ਹੁਣ ਸਮਝਣਾ ਚਾਹੀਦਾ ਵੀ ਇਹਨਾਂ ਚੋਣਾਂ ਵਿੱਚੋਂ ਇਹਨਾਂ ਨੂੰ ਕਿੱਦਾਂ ਲੈਂਦੇ ਨੇ। ਮੈਂ ਅਪੀਲ ਕੀਤੀ ਆਪਣੇ ਭਰਾਵਾਂ ਨੂੰ ਵੀ ਇਹਦੀ ਚਰਚਾ ਛੇੜ ਦਿਓ, ਸਾਡੇ ਹੀ ਟੱਬਰ 'ਚੋਂ ਜਿਹੜੇ ਵੋਟਾਂ ਮੰਗਣ ਭੱਜਦੇ ਨੇ ਉਹਨਾਂ ਨੂੰ ਘੇਰ ਕੇ ਪੁੱਛੋ ਵੀ ਲੋਕਾਂ ਦਾ ਕੀ ਕੀਤਾ ਤੁਸੀਂ ਹੁਣ ਤੱਕ, ਅੱਗੋਂ ਕੀ ਕਰਨ ਵਾਲੇ। ਅੱਜ ਜਿਹੜਾ ਸਾਡਾ ਧਰਨਾ ਹੈ ਉਹਦੇ ਵਿੱਚ ਸਾਨੂੰ ਇੱਕ ਸੰਸਥਾ ਨੇ ਸਾਨੂੰ ਇੱਕ ਪੂਰੀ ਇਨਫੋਰਮੇਸ਼ਨ ਹੈ ਵੀ ਸਰਕਾਰ ਜਿਹੜੀ ਸਰਕਾਰੀ ਖਰੀਦ ਤੋਂ ਸਟੈਪ ਬਾਈ ਸਟੈਪ ਭੱਜਣ ਦਾ ਉਹਨੇ ਮਨ ਬਣਾ ਲਿਆ, ਕਿਉਂਕਿ ਇਹਨਾਂ ਨੇ ITC ਨੂੰ ਜਲੰਧਰ ਦੇ ਵਿੱਚ ਹੋਰ ਵੀ ਕਈ ਜਗ੍ਹਾ ਪ੍ਰਾਈਵੇਟ ਖਰੀਦ ਦੇ ਦਿੱਤੀ ਕਣਕ ਦੀ, ਔਰ ਜੇ ਕਣਕ ਦੀ ਖਰੀਦ ਦੇ ਵਿੱਚੋਂ ਸਰਕਾਰ ਭੱਜ ਜਾਂਦੀ ਹੈ ਅਤੇ ਝੋਨੇ ਦੀ ਖਰੀਦ 'ਚੋਂ ਸਰਕਾਰ ਭੱਜ ਜਾਂਦੀ ਹੈ ਤਾਂ ਇੱਥੇ ਕਿਸਾਨ ਦਾ ਬਕਾਇਆ ਕੁਛ ਵੀ ਨਹੀਂ ਰਹਿੰਦਾ। UP ਵਾਂਗ ਅੱਧੇ ਰੇਟ 'ਤੇ ਸਾਰੀਆਂ ਜਿਣਸਾਂ ਵਿਕਣਗੀਆਂ। ਅਸੀਂ ਉਹਨਾਂ ਨੂੰ ਅੱਜ ਵੋਟਾਂ ਦੇ ਦਿਨ ਨੇ, ਅੱਜ ਉਹਨਾਂ ਨੂੰ ਅਸੀਂ ਇੱਥੇ ਚੈਲੰਜ ਕਰਨਾ ਵੀ ਜੇ ਤੁਸੀਂ ਸਰਕਾਰ ਆਪਦੀ ਸਥਿਤੀ ਹੈ ਜਿਹੜੀ ਉਹ ਸਪਸ਼ਟ ਕਰੋ, ਜੇ ਤੁਸੀਂ ਜਿਹੜੀ ਸਾਡੀ ਸਮਰਥਕ ਮੁੱਲ ਹੈ ਔਰ ਇਹਦੇ ਭੱਜਦੇ ਹੋ ਅਤੇ ਸਰਕਾਰੀ ਖਰੀਦ ਤੋਂ ਭੱਜਦੇ ਹੋ ਤਾਂ ਤੁਹਾਨੂੰ ਇੱਥੇ ਦਾ ਜਿਹੜਾ ਕਿਸਾਨ ਆ ਪੂਰਾ ਸਬਕ ਸਿਖਾਊਗਾ। ਮੇਨ ਗੱਲ ਤਾਂ ਇਹ ਹੈ।